ਨੂੰ ਸਾਸ ਪਈਆਂ ਬੜਦੀਆਂ ਇਹ ਕਿ ਦੂਜਨ ਜੋ ਪਲੇਤਾ ਉਹ ਪਈਆਂ ਕੱਢਣ ਮੇਣੇ ਪਈਆਂ ਦੇਣ ਪਿੱਛੋ ਕੋਈ ਪੁਰਾਣੇ ਪਾਠ ਪਾਠ ਕੇ ਪਈਆਂ ਲੈਉਣ ਇਸਤਰੀ ਵਿੱਚੋਂ ਤੇ ਜਿਹੜਾ ਮਾਈ ਦਾ ਪੁੱਤਰ ਤੇ ਸਵਾਨੀ ਦਾ ਘਰੇ ਵਾਲਾ ਵੇੜੇ ਦੇ ਵਿਚਕਾਰ ਮੰਜੇ ਉੱਤੇ ਬੈਠਿਆ ਦੂਹਣ ਪਿਆ ਸੁਣੇ ਬੜੇ ਗੌਰ ਨਾਲ ਹੋਲੀ-ੋਲੀ ਮੱਲਾ ਇਕੱਠਾ ਹੋਇਆ ਬ੍ਰਦਰੀ ਵਾਲੇ ਵੇ ਇਕੱਠੇ ਹੋਏ ਬੰਨਿਆ ਕੱਦੀ ਤੋਂ ਅਕੜਿਆ ਕੋ ਜਗਾ ਉਹਨਾਂ ਦੇ ਘਰ ਵਾੜਾ ਹੈ ਕੁਝ ਵੜਕੇ ਵਿੱਚੋਂ ਬੋਲੇ ਉਹਨਾਂ ਉਸ ਬੰਦੇ ਨਾਲ ਕਿ ਕੋ ਬੰਦੇ ਦਾ ਪੁੱਤਰ ਬਾਣੇ ਨਾ ਚੁੱਪ ਕਰਾ ਸਵਾਨੀਂ ਚੁੱਪ ਕਰਾ ਜਾਂ ਮਾਉਣ ਚੁੱਪ ਕਰਾ ਉਹ ਸਾਖਿਆ ਤੁਸੀਂ ਸਾਰੇ ਆਪਣਾ ਕਰੋ ਆਪੋ ਆਪਣੇ ਘਰੋਂ ਜਾਓ ਜੇ ਡੀ ਜੇ ਡੀ ਗੱਲੇ ਦਾ ਅੱਜ ਨਹੀਂ ਮੈਨੂੰ ਪਤਾ ਲੱਗਦਾ ਮੈਨੂੰ ਤਾਂ ਸਾਰੀ ਜ਼ਿੰਦਗੀ ਨਾਲ ਹੀ ਪਤਾ ਲੱਗਿਆ ਆ ਕੋੜੇ ਵੇ ਜਿਹੜੇ ਕਿਉਂ ਦਿਨ ਪਈਆਂ ਮੇੜੇ ਮਾਰਦੀਆਂ ਨਾ आज बड़े बड़े फराज खुल्ते बिस्मिल्लाहमान इहीम असलैकम के हाल है मिठिया मेठिया ठेक मिठिया वाई राजा गल करसी नू तो ससू दी क्योंकि फरमायश बड़ी आई है और बड़ी मैं डिमांड बारे उत्तर वीडियो बना तो गल दुआ मने नहीं करसा दुआ मने फदसा तो कोशिश करसा तो मेरी राती अप्रोच मैं गलत हो सदा ਕਦਨੋ ਹੋ ਗਿਆ ਉਸਤੇ ਮਾਫਰ ਮਾਵਿਆ ਸਾਡੇ ਮੁਹਾਸ਼ਿਰੇ ਜੀ ਨੇ ਪਹਿਲੋਂ ਮਾਂ ਦੀ ਗੱਲ ਕਰਨ ਮਾਂ ਦੀ ਬੜੀ ਫਜ਼ੀਲਤ ਹੈ ਮਜ਼ਹਬ ਵੱਲੋਂ ਤੇ ਬੜੇ ਉਹਦੇ ਦਰਜਾਤ ਨੇ ਉਹਦੇ ਕਦਮਾਂ ਜੰਨਤ ਹੈ ਲੇਕਿਨ ਮਸਲਾ ਇਹ ਬਾ ਸਾਡੀ ਸੋਸਾਇਟੀ ਦੀ ਵਾਨ ਹੈ ਤੇ ਮਾਂ ਜਿਹੜੀ ਹੈ ਨਾ ਬੁੜੇ ਕੋਈ ਐਡੇ ਆਪਣੇ ਜ਼ਮਾਨੇ ਚ ਗੋਲ ਦੇ ਕੋ ਨਾ ਮਣੋ ਉਸਲੇ ਬੜਾ ਅੱਗੇ ਕੰਮ ਖਰਾਬ ਹੈ ਬਜਿਹੜਾ ਸਵਾਨੀ ਦੇ ਥੱਲੇ ਲੱਗੇ ਆ ਮਤਲਬ ਉਹਨੂੰ ਜੇ ਰੁੱਡੂ ਸਮਝਦੇ ਆਣ ਵਡਕਿਆਂ ਦੇ ਏਡੀ ਲਿਫਟ ਕੋ ਨਾ ਕਰਾਈ ਬੁੜੜੀ ਦੀ ਔਖੀ ਗੁਜ਼ਰਦੀ ਉਹ ਮੋੜ ਆਪਣਈ ਨਾ ਇਤਲੇ ਬੱਚਾ ਹੋ ਜਾਂਦਾ ਹੁਣ ਪਿਆਰ ਕਰਦੀ ਪਾਲਦੀ ਉਹ ਸਾਰੀਆਂ ਉਮੀਦਾਂ ਐਕਸਪੈਕਟੇਸ਼ਨਾਂ ਉਹਦੇ ਤੋਂ ਲਾ ਲੈਂਦੀ ਉਹਦਾ ਖੂਨ ਵੀ ਹੈ ਉਹਦਾ ਬੱਚਾ ਵੀ ਹੈ ਉਹਨੋਂ ਦੇ ਨਾਲ ਪਿਆਰ ਵੀ ਹੈ ਤੇ ਉਹਦੇ ਉੱਤੇ ਉਹਨੂੰ ਉਮੀਦਾਂ ਵੀ ਨੇ ਮਸਲਾ ਉਸ ਲਈ ਖਰਾਬ ਹੁੰਦਾ ਜੇਤਲੇ ਉਹ ਵਧੀ ਜਾਂਦਾ ਤੇ ਅਮਾਰਾ ਜਿੱਥੇ ਵਿਡਰਾਅ ਕਰਨਾ ਨਾ ਜਿੱਥੇ ਸਟਾਪ ਲਾਣਾ ਹੁਣ ਉਹਦੀ ਜ਼ਿੰਦਗੀ 'ਚ ਕੋਈ ਹੋਰ ਆ ਗਿਆ ਥੋੜਾ ਬ੍ਰੇਕ ਲਾਣੀ ਲੱਗਦੀ ਨਹੀਂ ਉਮੀ ਬੀਬੀ ਹੁੰਦੀ ਇੱਕ ਨੈਚੁਰਲ ਹੈ ਨਾ ਇੱਕ ਮਹਬੂਬ ਹੋਵੇ ਦੋ ਆਸ਼ਕਾ ਨੂੰ ਨਾ ਜਿਹੜੀ ਨਫ਼ਰਤ ਉਹ ਇੱਕ ਨੈਚੁਰਲ ਹਮਲੇ ਜੇ ਰਕੀ ਬਾਂਦੇ ਰਕਾਬਤ ਜਿਹੜੀ ਨੂਨ ਵਾਲੇ ਨਾ ਇਹ ਨੈਚੁਰਲ ਹੈ ਪਰ ਵਡਕੀਆਂ ਹੀ ਵੇਖਣਾ ਵਾ ਕਿੱਥੇ ਹੁਣ ਥੋੜਾ ਨਾ ਹੱਥ ਥੋੜਾ ਰੱਖੀਏ ਬਾਹੋਂ ਉਹਦੇ ਮਾਮ ਜ਼ਿੰਦਗੀ ਚ ਹੋਰ ਵੀ ਮਾਮਲਾਤ ਹੁਣ ਦੂਜੇ ਬਣੇ ਆ ਜਾ ਅੱਛਾ ਸਾੜਿਆਂ ਘਰਾਂ ਦਾ ਮਸਲਾ ਇੰਜ ਬੱਚੀ ਕੋਈ ਵੀ ਮਾਗੇ ਰਾਜਵਰੀਆਂ ਨਾਲ ਫਰਮਾਇਸ਼ ਕਰੇ ਤੇ ਆਕੀ ਦਾ ਬੇਟਾ ਨਹੀਂ ਸ਼ਾਦੀ ਤੋਂ ਬਾਅਦ ਕਰ ਲਈ ਅੱਬੂ ਜੀ ਮੈਂ ਫਿਰਨ ਜਾਣਾ ਮੈਂ ਲਾਹੌਰ ਵੇਖਣਾ ਬੇਟਾ ਸ਼ਾਦੀ ਤੋਂ ਬਾਅਦ ਜਾਈ ਮਰੀ ਜਾਣਾ ਸ਼ਾਦੀ ਤੋਂ ਬਾਅਦ ਜਾਈ ਆ ਕਾ ਮੋ ਕਾ ਮੋ ਸ਼ਾਦੀ 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 ਉਹਦੇ ਨਾਲ ਜ਼ਿਹਨ ਚ ਡੇਰ ਐਕਸਪੈਕਟੇਸ਼ਨ ਕੋ ਇੱਥੇ ਜਨਾਬ ਮਤੱਕਾ ਐਗੋ ਸੱਸੂ ਨਾਲ ਆਉਂਦਿਆਂ ਹੁਣ ਉਹ ਵੀ ਆਪਣਾ ਪਿਆਰ ਆਪਣੀ ਮੁਹੱਬਤ ਆਪਣੀ ਪੋਜ਼ੈਸਿਵਨੈਸ ਸ਼ੋ ਕਰਦੀ ਉਸ ਬੰਦੇ ਤੇ ਤਿਆ ਆ ਜਾ ਕੇ ਬਿਸਤ ਵਿੱਚੋ ਗਰੀਬ ਦਾ ਬਲ ਜਾਂਦਾ ਗੱਲਾਂ ਇੱਥੇ ਕਰਸਾ ਚਲੋ ਮੈਂ ਨਹੀਂ ਆਂਦਾ ਵਾ ਬੰਡੀਆਂ ਕੰਮ ਕਰਨੇ ਕਰਾਣੇ ਤੁਨੂੰ ਉਸ ਸੁਜ਼ੀਆਂ ਪਉਂਦੀਆਂ ਨੇ ਉਹ ਜੋ ਵੀ ਨੇ ਸਵਾਲ ਇੱਥੇ ਜਿਹੜਾ ਇੰਪੋਰਟੈਂਟ ਹੈ ਨਾ ਜਿਹੜਾ ਮੈਂ ਸਾਰਿਆਂ ਬਰਾਵਾ ਆਖਿਆ ਡਿਸਕਸ ਕਰ ਬ ਘਰਾਂ ਚ ਮਾਮਲੇਤ ਹੋ ਜਾਂਦੇ ਆਣ ਬਣਵੀ ਹੋ ਜਾਂਦੀ ਸਾਰੇ ਅਸੀਂ ਇਨਸਾਨ ਆ ਮੈਂ ਆਪਣੀ ਮਿਸਾਲ ਦੇਣਾ ਘਰਾਂ ਦੇ ਮੇਰੀ ਆਪਣੇ ਮਾਉ ਪਿਓ ਨਾਲ ਆਪਣੇ ਬਹਿਣਾ ਬਰਾਵਾ ਨਾਲ ਸਾਰਿਆਂ ਨਾਲ ਹੋ ਜਾਂਦੀ ਗੁੱਸਾ ਉਹ ਇੱਕ ਨੇਚਰਲ ਚੀਜ਼ ਹੈ ਲੇਕਿਨ ਬਹੁਤ ਛੋਟੜੀਆਂ ਹੋ ਜਾਂਦੀਆਂ ਲੇਕਰ ਮੀਆਂ ਬੀਵੀ ਦੇ ਮਸਲੇ ਵਿੱਚ ਇਹ ਬਾਜੇ ਉਹਨਾਂ ਚਾਨਬਨ ਹੋ ਗਈ ਹੈ ਜਾਂ ਸੱਸ ਜਿਹੜੀ ਹੁੰਦੀ ਨਾ ਕੁੜੀ ਦੀ ਮਾਂ ਕੁੜੀ ਦੇ ਭੈਣਾਂ ਭਰਾ ਉਹ ਜੇ ਤੜਿਆ ਕੇ ਮਾਮਲੇ ਵਿੱਚ ਇੰਟਰਫੇਅਰ ਕਰ ਦਿੰਨਾ ਉਸ ਵੇਲੇ ਕੰਮ ਵੱਧਦਾ ਹੈ ਉਸ ਵੇਲੇ ਕੰਮ ਤਲਾਕਾਂ ਜਾਂਦਾ ਹੈ ਉਸ ਵੇਲੇ ਕੰਮ ਵੇੜਾ ਜਾਂਦਾ ਕਈ ਵਾਰੀ ਤੇ ਉਹ ਕੁੜੀ ਲੈ ਹੁੰਦੇ ਤੇ ਉਹਦਾਂ ਗੱਲ ਵੀ ਨਹੀਂ ਕਰਨ ਦਿੰਦੇ ਹੋ ਸਕਦਾ ਮੀਆਂ ਬੀਵੀ ਅਗਰ ਗੱਲ ਕਰਨ ਤੇ ਉਹ ਕਿਸੇ ਕਿਉਂਕਿ ਮਾਮਲਾ ਉਹਨਾਂ ਦੋਵਾਂ ਦਾ ਹੈ ਨਾ ਉਹਨਾਂ ਦੂਏ ਕਿਸੇ ਨਤੀਜੇ ਚ ਅਪੜਨੇ ਲੇਕਨ ਨਹੀਂ ਅਸੀਂ ਮਉਨਾਵ ਵਿੱਚ ਇੰਟਰਫੇਅਰ ਕਰਨੇ ਆ ਸਾਲੇ ਆ ਜਾਂਦੇ ਨੇ ਸਸੂ ਆ ਜਾਂਦੀਆਂ ਗੱਲ ਥੱਲੇ ਨਹੀਂ ਪਾਉਂਦੀਆਂ ਪਹਿਲੀ ਗੱਲ ਤੇ ਬਾ ਮੇਰ ਬੰਨੀ ਖਰੋ ਆਪਣੀ ਧੀ ਜੇਤਲੇ ਵਿਆਹ ਕੇ ਉਹਦੇ ਗੱਲ ਛੜਿਆ ਨਾ ਜਿਤਨਾ ਚਿਰ ਅੱਲਾ ਮਾਫੀ ਦੇਵੇ ਕੋ ਬਾੜਾ ਉਹਦੀ ਜਾਨ ਤੇ ਨਾ ਬਾਣਿਆ ਉਹਨਾਂ ਦੇ ਮਾਮਲਾਤ ਚ ਇੰਟਰਫੇਅਰ ਨਾ ਕਰੋ ਇੱਕ ਗੱਲ ਤੇ ਦੂਜੀ ਗੱਲ ਹੈ ਬਾ ਲੈਕਚਰ ਨਹੀਂ ਆ ਜਿਹੜਾ ਸੁਆਗ ਰਾਤ ਦੇ ਦੇਣਾ ਸ਼ੁਰੂ ਕਰ ਦੇਣਾ ਬਾ ਜਿਹੜਾ ਹੁਣ ਮੇਰੀ ਮਾਉ ਦਾ ਖਿਆਲ ਰੱਖੀ ਮੇਰੀ بیوی ਮੇਰੀਆਂ ਭੈਣਾਂ ਦਾ ਤੇ ਮੇਰੀ ਫਲਾਣੇ ਦਾ ਤੇ ਪਿਓ ਦਾ ਇਹਦਾ ਫਾਇਦਾ ਕੋ ਨਹੀਂ ਪਹਿਲੀ ਰਾਤ ਹੀ ਉਸ ਨੂੰ ਜਰਾ ਪਿਆਰ ਮੁਹੱਬਤ ਨਾਲ گزارੋ ਹੁੜੀ ਹੁੜੀ ਆਪੇ ਤੁਹਾਡਾ ਮਾਹੌਲ ਵੇਖ ਕੇ ਦੀ ਤੇ ਮਉਣ ਜਿਹੜਾ ਨਾਲੇ ਫਾਇਦਾ ਵੀ ਉਹਨਾਂ ਗੱਲਾਂ ਦਾ ਇਹ ਸੁਖੋ ਨਹੀਂ ਬਾ ਸੋਹਣੀ ਤੇ ਬੜਾ ਲੈਕਚਰ ਹੈ ਮੇਰੀ ਮਾਉ ਦਾ ਵੀ ਖਿਆਲ ਮੇਰੀਆਂ ਭੈਣਾਂ ਦੀ ਵੀ ਇੱਜ਼ਤ ਮੇਰੇ ਪਿਓ ਦੀ ਆਪ ਉਸ ਮਾਉ ਪਿਓ ਦੀ ਕੁੱਤੇ ਵਾਲੀ ਕਰਨੀ ਉਹ ਮਉਣ ਵੇਂਦੀ ਹੈ ਬਾਏ ਦੇ ਏ ਦੇ ਜ਼ਰ ਬਾਤਨ ਚ ਤਜ਼ਾਦ ਬੜਾ ਮੈਨ ਲੈਕਚਰ ਦਿੰਦਾ ਤੇ ਆਪ ਉਹਨਾਂ ਦੀ ਇੱਜ਼ਤ ਕੋ ਨਹੀਂ ਕਰਦਾ ਦੂਜੀ ਗੱਲ ਹੈ ਬਾ ਠੀਕ ਹੈ ਆਖਣਾ ਬਾ ਜਿਹੜਾ ਨਾ ਉਹ ਤੇਰਾ ਮਤਲਬ ਮੇਰੀ ਮਾਉ ਨਾਲ ਆਪਣੀ ਮਾ ਸਮਝੀ ਤੇ ਮੇਰੇ ਪਿਓ ਨਾਲ ਆਪਣਾ ਪਿਓ ਸਮਝੀ ਇਹ ਠੀਕ ਹੈ ਲੇਕਿਨ ਹਕੀਕਤ ਹੈ ਬਸ ਸਮਝਣ ਕੋਈ ਨਹੀਂ ਹੁੰਦਾ ਮਾਪਿ ਉਹ ਆਪਣੇ ਹੀ ਸੱਕਾ ਹੁੰਦਾ ਹੈ ਉਹ ਹੀ ਕੋਈ ਬੰਦੇ ਦੀਆਂ ਦੀਆਂ ਹੋਣਾ ਯਾ ਕਰ ਚੜਨੋ ਕਰਨਾ ਵੀ ਚਾਹੀਦਾ ਹੈ ਲੇਕਿਨ ਇਹ ਬਾ ਉਹਨਾਂ ਤੋਂ ਉਮੀਦ ਲਾ ਲੈਣੀ ਬਾ ਉਹ ਆਪਣੇ ਮਾਪੇ ਪਿਓ ਆਰੇ ਸਮਝਣ ਇਹ ਵੀ ਨੇਚਰ ਦੇ ਲਾ ਦੇ ਖਿਲਾਫ ਹੈ ਤੇ ਅਣ ਤੇ ਆਖ ਸਾਹਿਬ ਬਾ ਮਿਹਰਬਾਨੀ ਕਰ ਲੋ ਸਾਰੇ ਸਬਰ ਕਰ ਲੋ ਚਾਹੇ ਬੀਵੀ ਹੋਵੇ ਚਾਹੇ ਸੱਸ ਹੋਵੇ ਜਾਂ ਨੂੰ ਹੋਵੇ ਜੋ ਵੀ ਹੋਵੇ ਅੱਗੋ ਜੀ ਉਹ ਸੁਵਾਣੀ ਨ ਮਾਰੇ ਤੇ ਬੱਚੇ ਉਹਦੇ ਖਿਲਾਫ ਬੱਚਿਆਂ ਪਿਓ ਤੋਂ ਨਫ਼ਰਤ ਨਾ ਮਾਰੇ ਬਹਿਣਾ ਬਰਾਤ ਤੇ ਮਾਉ ਪਿਓ ਸਾਰੇ ਆਣੇ ਨ ਬਾਏ ਚ ਰੁੱਡੂਏ ਕਿਸੇ ਸ਼ਾਦੀਆਂ ਨਹੀਂ ਆ ਤੇ ਬੜੀਆਂ ਧਮਕੀਆਂ ਦਿੰਦੇ ਹੋ ਬਾ ਚਾਰ ਸ਼ਾਦੀਆਂ ਮਜ਼ਹਬ ਚ ਜਾਇਜ਼ ਨੇ ਮਜ਼ਹਬ ਚ ਆਪਣੀ بیوی ਦਾ ਹੱਥ ਬਟਾਣਾ ਵੀ ਬੜਾ ਜਾਇਜ਼ ਏ ਤੇ ਮਿਹਰਬਾਨੀ ਕਰ ਲੋ ਮਾਉ ਤੁਹਾਡੇ ਗੇ ਵੀ ਅਰਜ਼ੇ بیوی ਤੇਰੇ ਅੱਗੇ ਵੀ ਉਸ ਗਰੀਬ ਦਾ ਬਾ ਲੋ ਪਰਦੇਸੀ ਏ ਜਾਂ ਜਿੱਦੇ ਵੀ ਥੱਕਿਆ ਮਾਨਾ ਜਿਤਲੇ ਘਰ ਹੁੰਦਾ ਨਾ ਉਹਦੇ ਸਿਰੇ ਨਾ ਚੜੋ ਘਰ ਦਾ ਸਕੂਨ ਤਬਾਹ ਨਾ ਕਰੋ ਦੋਵੇਂ ਉਹਦੇ ਵੱਲੋਂ ਵੇਖੋ ਮਿਹਰਬਾਨੀ ਕਰੋ ਦਰ ਗੁਜ਼ਰ ਨਾਲ ਹੀ ਕੰਮ ਚੱਲਣਾ ਆਕਸਾਸ ਤੇ ਰੋ ਵਸ ਤੇ ਰੋ ਤੇ ਉਚਿਆ ਟਾਲਾਂ ਚਰੋ ਤੇ ਦਿਆਂ ਦੇ ਮਾਮਲਾ ਚਸਰਲ ਮਤਲਬ ਜਿਹੜੇ ਪੇਕੇ ਨੂੰ ਉਹਨਾਂ ਵਿਚਾਈਦਾ ਬੜਾ ਇੰਟਰਫੇਅਰ ਨਾ ਕਰਨ ਰੱਬ ਦੇ ਵਲ